ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਅਤੇ ਤੁਸੀਂ ਦੇਖਦੇ ਪਿਓ ਜੀ ਮੇਰਾ ਡੀ ਪੀ ਸੀ ਪੰਜਾਬੀ ਅਤੇ ਡੀ ਪੀ ਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੀਨਾਨਗਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਵਾਸਤੇ ਪਹੁੰਚ ਰਹੇ ਆ, ਜਿਹਦੇ ਉਪਲਕਸ਼ ਦੇ ਵਿੱਚ ਥਾਂ ਥਾਂ 'ਤੇ ਜਿਹੜਾ ਆ ਕਿਸਾਨ ਜਥੇਬੰਦੀਆਂ ਨੇ ਘਿਰਾਓ ਕਰਕੇ ਰੋਡ ਨੂੰ ਜਿਹੜਾ ਆ ਜਾਮ ਕੀਤਾ ਹੋਇਆ ਹੈ। ਕਈਆਂ ਥਾਵਾਂ 'ਤੇ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ, ਜਿਹਦੇ ਇਸੇ ਉਪਲਕਸ਼ ਦੇ ਵਿੱਚ ਸਿਕਿਉਰਿਟੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਸੜਕਾਂ ਦੇ ਉੱਤੇ ਵਧਾਈ ਗਈ ਹੈ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਸ ਟਾਈਮ ਬਾਹਰ ਨਿਕਲ ਕੇ ਧੁੱਪ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਇੱਕ ਸੰਘਰਸ਼ ਦੇ ਤਹਿਤ ਜਿਹੜੇ ਨੇ ਉਹ ਰੋਡ ਦੇ ਉੱਤੇ ਪਹੁੰਚੇ ਹੋਏ ਨੇ। ਕਿਸਾਨ ਜਥੇਬੰਦੀਆਂ ਅੱਜ ਕਿਹੜੀ ਕਿਹੜੀ ਇੱਥੇ ਪਹੁੰਚੀਆਂ ਨੇ? ਮੈਂ ਇਸ ਟਾਈਮ ਬਟਾਲਾ ਰੋਡ, ਜੋ ਕਿ ਗੁਰਦਾਸਪੁਰ ਤੋਂ ਬਟਾਲਾ ਰੋਡ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਕਿ ਧਾਰੀਵਾਲ ਜੈਪੋਵਾਲ ਦੇ ਵਿੱਚ ਪੈਂਦਾ ਆ, ਸਿੱਧ ਭੋਲੀ ਗੁਰਦੁਆਰਾ ਦੇ ਨਾਂ ਦੇ ਨਾਲ ਵੀ ਇਹ ਗੁਰਦੁਆਰਾ ਸਾਹਿਬ ਜਿਹੜਾ ਮਸ਼ਹੂਰ ਆ, ਉੱਥੇ ਤੁਸੀਂ ਦੇਖਦੇ ਪਏ ਕਿ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਇਕੱਤਰ ਹੋ ਚੁੱਕੀਆਂ ਨੇ। ਅੱਗੇ ਦੀ ਕਾਰਵਾਈ ਕਿਸ ਤਰ੍ਹਾਂ ਅਤੇ ਕੀ ਕਾਰਵਾਈ ਪਾ ਰਹੀਆਂ ਨੇ ਇਹ ਜਥੇਬੰਦੀਆਂ, ਸੀਨੀਅਰ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਲੈਂਦੇ ਹਾਂ ਕਿ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਆ ਉਹਦੇ ਕੀ ਜਿਹੜਾ ਹੈਗਾ ਆ ਪ੍ਰੋਪਗੰਡਾ ਹੈਗਾ। ਤੁਸੀਂ ਦੇਖਦੇ ਪਏ ਹੋ ਵੀ ਅੱਗੇ ਵਧਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਤਿਆਰੀਆਂ ਕਰਕੇ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਕਿ ਅੱਗੇ ਵਧਣ ਦੇ ਲਈ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਟਾਈਮ ਜਿਹੜੇ ਤੁਸੀਂ ਦੇਖਦੇ ਪਏ ਹੋ ਵੀ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਤਿਆਰ ਬਰ ਤਿਆਰ ਨੇ ਅੱਗੇ ਵਧਣ ਵਾਸਤੇ। ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਸੰਘਰਸ਼ ਕਮੇਟੀਆਂ ਜਿੰਨੀਆਂ ਵੀ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਰਜਨ ਪਾਤਸ਼ਾਹ ਦੇ ਗੁਰਦੁਆਰਾ ਸਿੱਧ ਭੋਲੀ ਵਾਲਾ ਜਿਹੜਾ ਆ ਉੱਥੋਂ ਜਿਹੜੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਤਿਆਰੀ ਕਰਕੇ ਅੱਗੇ ਵਧਣ ਦੇ ਲਈ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਇਸ ਟਾਈਮ ਕਿ ਜਿਹੜੀਆਂ ਗੱਡੀਆਂ ਨੇ ਪੰਧੇਰ ਸਾਹਿਬ, ਜੋ ਕਿ ਕਿਸਾਨ ਮਜ਼ਦੂਰ ਸਭਾ ਦੇ ਜਿਹੜੇ ਪ੍ਰਧਾਨ ਨੇ ਸਾਡੇ ਪੰਧੇਰ ਸਾਹਿਬ, ਉਹ ਮਤਲਬ ਗੱਡੀਆਂ ਲੈ ਕੇ ਜਿਹੜੇ ਨੇ ਅੱਗੇ ਚੱਲ ਪਏ ਨੇ। ਅੱਗੇ ਜਿਹੜਾ ਨੇ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੋਦੀ ਸਾਹਿਬ ਦੀ ਮੀਟਿੰਗ ਹੈ ਜਿਹੜੀ, ਉਹ ਹਿਸਾਬ ਨਾਲ ਤੁਸੀਂ ਦੇਖਦੇ ਪਏ ਹੋ ਕਿ ਅੱਜ ਤਸਵੀਰਾਂ ਦੇਖਦੇ ਪਏ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਿ ਦੀਨਾਨਗਰ ਨੂੰ ਜਿਹੜੇ ਕਿਸਾਨਾਂ ਨੇ ਜਿਹੜੇ ਨੇ ਆਪਣੇ ਚਾਲੇ ਪਾ ਦਿੱਤੀਆਂ ਨੇ ਗੱਡੀਆਂ, ਨਾਲ ਦੀ ਨਾਲ ਪੰਜਾਬ ਪੁਲਿਸ ਵੀ ਜਿਹੜੀ ਹੈ ਉਹ ਚੱਲ ਪਈ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇੱਥੋਂ ਇੱਕ ਰਣਨੀਤੀ ਬਣਾ ਕੇ ਜਿਹੜੀਆਂ ਨੇ ਉਹ ਚੱਲ ਪਈਆਂ ਨੇ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਡੀ ਪੀ ਸੀ ਪੰਜਾਬੀ ਦੇ ਉੱਤੇ ਇਹ ਤਸਵੀਰਾਂ, ਜਿਹਦੇ 'ਚ ਤੁਸੀਂ ਦੇਖਦੇ ਪਏ ਹੋ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਦੀਨਾਨਗਰ ਦੇ ਵੱਲ ਦੇ ਕੂਚ ਕਰਦੀਆਂ ਹੋਈਆਂ ਆਪਣੀ ਸਕਰੀਨ ਦੇ ਉੱਤੇ ਜਿਹੜੀਆਂ ਨੇ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਗੁਰਦੁਆਰਾ ਸਿੱਧ ਭੋਲੀ ਤੋਂ ਜਿਹੜੀਆਂ ਨੇ ਇੱਕ ਰਣਨੀਤੀ ਬਣਾ ਕੇ ਜਿਹੜੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਦੀਨਾਨਗਰ, ਜਿੱਥੇ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਰੈਲੀ ਦੇ ਸੰਬੰਧ ਦੇ ਵਿੱਚ ਆ ਰਹੇ ਨੇ, ਉਹਨਾਂ ਨੂੰ ਜਿਹੜਾ ਆ ਰੈਲੀ ਨੂੰ ਜਿਹੜਾ ਆ ਡਿਸਮਿਸ ਕਰਨ ਵਾਸਤੇ, ਖਤਮ ਕਰਨ ਵਾਸਤੇ ਕੋਸ਼ਿਸ਼ ਜਿਹੜੀ ਕਿਸਾਨਾਂ ਵੱਲੋਂ ਇੱਥੋਂ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਤੁਸੀਂ ਦੇਖਦੇ ਪਏ ਹੋ ਕਿ ਬੜੇ ਵਧੀਆ ਤਰੀਕੇ ਦੇ ਨਾਲ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਇੱਥੋਂ ਨਿਕਲ ਕੇ ਇਸ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਜਿਹੜੀਆਂ ਨੇ ਜਥੇਬੰਦੀਆਂ ਸਾਰੀਆਂ ਜਿਹੜੀਆਂ ਨੇ ਦੀਨਾਨਗਰ ਵਾਲੀ ਸਾਈਡ ਨੂੰ ਜਿਹੜੀਆਂ ਨੇ ਕੂਚ ਕਰਦੀਆਂ ਪਈਆਂ ਨੇ। ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਵੀ ਬਹੁਤ ਵੱਡਾ ਇੱਕ ਕਾਫਲਾ ਜਿਹੜਾ ਆ ਗੁਰਦੁਆਰਾ ਸਿੱਧ ਭੋਲੀ ਤੋਂ ਜਿਹੜਾ ਆ ਚੱਲ ਕੇ ਜਿਹੜਾ ਆ ਦੀਨਾਨਗਰ ਵਾਲੀ ਸਾਈਡ ਨੂੰ ਜਿਹੜਾ ਆ ਕੂਚ ਕਰਦਾ ਪਿਆ ਆ। ਤੁਸੀਂ ਦੇਖਦੇ ਪਏ ਹੋ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ, ਅਤੇ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ
DPC ਪੰਜਾਬੀ ਦੇ ਮਾਧਿਅਮ ਰਾ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸਾਰੀਆਂ ਤਕਰੀਬਨ ਜਿਹੜੀਆਂ ਨੇ ਇੱਥੋਂ ਚਲਦੀਆਂ ਪਈਆਂ ਨੇ। ਤੁਸੀਂ ਦੇਖਦੇ ਪਏ ਹੋ ਵੀ ਸਾਰੇ ਜਿੰਨੇ ਵੀ ਗੱਡੀਆਂ ਨੇ ਉਹ ਸਾਰੀਆਂ ਤਕਰੀਬਨ ਜਿਹੜੀਆਂ ਨੇ ਮੁਰਦਾਬਾਦ ਮੁਰਦਾਬਾਦ ਨਰਿੰਦਰ ਮੋਦੀ ਦਾ ਕਾਬ ਉੱਥੇ ਆਉਣਾ, ਉੱਥੇ ਜਾ ਰਹੇ ਹਾਂ ਜੀ। ਜਥੇਬੰਦੀਆਂ ਬਹੁਤ ਜਣੇ, ਕਿਸਾਨ ਤੁਹਾਡੇ ਸਾਹਮਣੇ ਵੇਖੋ ਜੀ ਕਿੰਨਾ ਕਾਫਲਾ ਵਾ, ਬਹੁਤ ਬਹੁਤ ਵੱਡਾ ਕਾਫਲਾ। ਬਹੁਤ ਵਧੀਆ ਗੱਲ ਹੈ, ਤੁਸੀਂ ਦੇਖਦੇ ਪਏ ਹੋ ਕਿ ਬਹੁਤ ਵੱਡੇ ਕਾਫਲੇ ਦੇ ਨਾਲ ਜਿਹੜਾ ਆ ਅੱਜ ਦੀਨਾ ਨਗਰ ਤੋਂ ਉਹ ਜਿਹੜਾ ਆ ਮੋਦੀ ਦੀ ਰੈਲੀ ਦੇ ਵਿੱਚ ਜਿਹੜਾ ਆ ਮੋਦੀ ਦੀ ਰੈਲੀ ਦੇ ਜਿਹੜਾ ਹੋ ਰਹੀ ਅੱਜ ਦੀਨਾ ਨਗਰ ਦੇ ਵਿੱਚ, ਦੇਸ਼ ਦੇ ਪ੍ਰਧਾਨ ਮੰਤਰੀ ਦੀਨਾ ਨਗਰ ਦੇ ਵਿੱਚ ਪਹੁੰਚ ਰਹੇ ਸੀ, ਉਸੇ ਉਪਲਕਸ਼ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਆ ਅੱਜ ਇੱਕ ਵੱਡਾ ਕਾਫਲਾ ਜਿਹੜਾ ਆ ਦੀਨਾ ਨਗਰ ਨੂੰ ਤੋਰ ਦਿੱਤਾ ਗਿਆ ਆ। ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇੱਥੋਂ ਤਿਆਰ ਹੋ ਕੇ ਜਿਹੜੀਆਂ ਨੇ ਜਾ ਰਹੀਆਂ ਨੇ। ਇਹ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ, ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਸਰ ਕਿੰਨੇ ਕੁ ਮੈਂਬਰ ਨੇ ਆਪਣੇ ਨਾਲ? ਮੈਂਬਰ ਆਪਣਾ 250 ਮੈਂਬਰ ਆ ਜੀ। ਅੱਜ ਦਾ ਜਿੰਨਾ ਵੀ ਪ੍ਰੋਪਾਗੈਂਡਾ ਕੀ ਹੈਗਾ ਆ? ਪ੍ਰੋਪਾਗੈਂਡਾ ਇਹ ਆ ਜੀ, ਮੋਦੀ ਸਾਹਿਬ ਆ ਰਹੇ ਨੇ ਤੇ ਅਸੀਂ ਉਹਨੂੰ ਜਿਹੜਾ ਆ ਉਹ ਕਹਿਣਾ ਆ ਕਿ ਜਿਹੜੀਆਂ ਮੰਗਾਂ ਮੰਨੀਆਂ ਸੀਗੀਆਂ ਉਹ ਲਾਗੂ ਕਿਉਂ ਨਹੀਂ ਕੀਤੀਆਂ। 2 ਸਾਲ ਤੋਂ ਉੱਪਰ ਹੋ ਗਿਆ ਵਾ ਮੋਰਚੇ ਦੇ ਵਿੱਚ ਉੱਥੋਂ ਵਾਪਸ ਆਇਆ ਨੂੰ ਤੇ ਮੰਨ ਕੇ ਕੋਈ ਵੀ ਮੰਗ ਜਿਹੜੀ ਆ ਲਾਗੂ ਨਹੀਂ ਕੀਤੀ, ਉਹਦੇ ਬਾਰੇ ਅਸੀਂ ਅੱਜ ਵਿਰੋਧ ਕਰਨ ਜਾ ਰਹੇ ਹਾਂ। ਸਿਕਿਉਰਿਟੀ ਬਹੁਤ ਟਾਈਟ ਕੀਤੀ ਗਈ ਹੈ? ਕੋਈ ਗੱਲ ਨਹੀਂ ਜੀ, ਸਿਕਿਉਰਿਟੀ ਟਾਈਟ ਕੀਤੀ ਗਈ ਹੈ ਤੇ ਆਪਾਂ ਆਪਣੀ ਕੋਸ਼ਿਸ਼ ਕਰਾਂਗੇ ਉੱਥੋਂ ਤੱਕ ਪਹੁੰਚਣ ਦੀ। ਨਹੀਂ ਪਹੁੰਚਣ ਦੇਗੀ ਸਿਕਿਉਰਿਟੀ ਤੇ ਫਿਰ ਕੋਈ ਗੱਲ ਨਹੀਂ, ਜਿਵੇਂ ਹੋਏਗਾ ਦੇਖੀ। ਇਸ ਤੋਂ ਇਲਾਵਾ ਕੋਈ ਹੋਰ ਜਥੇਬੰਦੀਆਂ ਨਾਲ? ਜਥੇਬੰਦੀਆਂ ਹੈਗੀਆਂ ਜੀ, ਬਾਕੀ ਸਾਰੇ ਮਾਝੇ ਤੋਂ ਇਲਾਵਾ ਮਾਲਵੇ ਦੀਆਂ ਜਥੇਬੰਦੀਆਂ ਵੀ ਆਈਆਂ ਨੇ, ਉਹ ਦੋ ਦੂਸਰਿਆਂ ਰਸਤਿਆਂ ਦੇ ਉੱਤੇ ਰੋਕਿਆ ਗਿਆ ਉਹਨਾਂ ਨੂੰ, ਆ ਰਹੀਆਂ ਨੇ ਸਾਰੀਆਂ। ਪੂਰੇ ਜੋਸ਼ ਦੇ ਨਾਲ ਜੀ, ਪੂਰੇ ਜੋਸ਼ ਨਾਲ ਵਿਰੋਧ ਕਰਾਂਗੇ ਜੀ। ਇਹ ਸੀ ਸਾਡੇ ਨਾਲ ਕਿਸਾਨ ਜੋ ਕਿ ਅੱਜ ਜਿਹੜੇ ਨੇ ਚੱਲ ਰਹੇ ਨੇ, ਕਿਸਾਨ ਜਿੰਨੇ ਵੀ ਨੇ ਅੱਜ ਜਿਹੜੇ ਨੇ ਚੱਲਦੇ ਪਏ ਨੇ ਅਤੇ ਕਿੱਥੋਂ ਆਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਕੋਈ ਗੱਡੀ ਰੁਕਦੀ ਹੈ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਕਰਦੇ, ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਜਿਹੜੀਆਂ ਕਿਸਾਨ ਕਮੇਟੀਆਂ ਵੱਲੋਂ ਜਿਹੜਾ ਆ ਜਲਿਆ। ਬਾਬਾ ਜੀ ਕਿੱਥੋਂ ਆਏ ਹੋ? ਅਸੀਂ ਆਏ ਹਾਂ ਜੀ ਪਿੰਡ ਭੰਬੋਈ ਤੋਂ। ਅਸੀਂ ਡਿਸਟ੍ਰਿਕਟ ਗੁਰਦਾਸਪੁਰ ਨੀਅਰ ਬੋਰਡ ਘੁਮਾਣ ਜੋਨ ਭਗਤ ਨਾਮ ਦੇ ਦਵਾਏ ਸੀ। ਸਾਡਾ ਬਾਬੂ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਸਾਡਾ ਰਾਜਧਾਨੀ ਦੇ ਜਾਣਾ ਆਪਣਾ ਹੱਕ ਸੀਗਾ, ਆਪਣੇ ਆਪਣੀ ਜਮਹੂਰੀਆ ਕਵਾਸਤੇ ਜਾ ਰਹੇ ਹਾਂ। ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਵਾ ਹਰੇਕ ਬੰਦਾ ਆਪਣਾ ਧਰਨਾ ਲਾ ਸਕਦਾ। ਵੇਖੋ ਲੋਕ ਸਾਰੇ ਕਹਿੰਦੇ ਆ ਵੀ ਕਿਸਾਨਾਂ ਨੇ ਡੱਕੀ ਹੋਈ ਹੈ ਸੜਕ, ਪਰ ਨਹੀਂ, ਸਰਕਾਰ ਨੇ ਗਾੜੀ ਵੇਖੋ ਬੈਰੀਕੇਡ ਕੀਤਾ ਹੋਇਆ, ਕਿੱਲ ਗੱਡੇ ਹੋਏ ਆ। ਕੀ ਗੱਲ, ਅਸੀਂ ਇਸ ਦੇਸ਼ ਦੇ ਵਸਨੀਕ ਨਹੀਂ? ਅਸੀਂ ਇਹ ਵੇਖੋ ਅੰਨਦਾਤਾ ਆ, ਕਿੰਨਾ ਲੋਕ ਇੱਥੋਂ ਖਾਂਦੇ ਆ, ਸਾਰਾ ਰੁਜ਼ਗਾਰ ਚੱਲਦਾ ਆ, ਤੇ ਸਾਨੂੰ ਕਿਉਂ ਡੱਕਿਆ ਗਿਆ? ਹਰੇਕ ਬੰਦੇ ਨੂੰ ਰਾਜਧਾਨੀ ਆਪਣੀ ਜਾਣ ਦਾ ਹੱਕ ਆ। ਅਸੀਂ ਆਪਣੀ ਹੱਕ ਵਾਸਤੇ ਇਸ ਮੋਦੀ ਨੇ ਉਹ ਸਮਝਾਉਣ ਵਾਸਤੇ ਆਏ ਹਾਂ ਕਿ ਜੇਕਰ ਸਾਨੂੰ ਤੂੰ ਆਪਣੀ ਰਾਜਧਾਨੀ ਜਾਣ ਦਿੰਦਾ ਤੇ ਹੁਣ ਤੂੰ ਸਭ ਪੰਜਾਬ ਵਿੱਚ ਕੀ ਲੈਣਾ ਹੈ? ਤੁਹਾਨੂੰ ਕੋਈ ਵੋਟਾਂ ਜ਼ਰੂਰੀ ਆ ਨਾ, ਸਾਡਾ ਨਹੀਂ ਮੰਨ ਲਓ ਕਿ ਮਤਲਬ ਹੈਗਾ ਵੀ ਸਾਡਾ ਵੀ ਕੁਝ ਲੋਕਾਂ ਦਾ ਹੈਗਾ ਵਾ। ਅਸੀਂ ਵੀ ਆਪਣੇ ਹੱਕ ਵਾਸਤੇ ਜਾਂਦੇ, ਇਸ ਦੇਸ਼ ਦੇ ਵਸਨੀਕ ਹਾਂ, ਇਸ ਦੇ ਸਿੰਦੇ ਹਾਂ, ਅਸੀਂ ਮਤਲਬ ਆਪਣਾ ਅੰਨ ਪੈਦਾ ਕਰਦੇ ਹਾਂ, ਇਸ ਵਾਸਤੇ ਅਸੀਂ ਆਪਣਾ ਹੱਕ ਲੈਣ ਵਾਸਤੇ ਜਾ ਰਹੇ ਹਾਂ। ਇੱਥੇ ਜਿਹੜਾ ਆ ਇਸ ਟਾਈਮ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਜਿਹੜਾ ਆ ਮਤਭੇਦ ਹੋ ਗਿਆ, ਜਿਹਦੇ ਵਿੱਚ ਕੁਝ ਕਿਸਾਨ ਜਿਹੜੇ ਆ ਆਪਸ ਦੇ ਵਿੱਚ ਹੀ ਉਲਝ ਪਏ ਨੇ। ਕਾਰਨ ਕੀ ਹੈ ਉਸ ਕਾਰਨ ਤਾਂ ਸਮਝ ਨਹੀਂ ਆਇਆ, ਪਰ ਕਿਤੇ ਨਾ ਕਿਤੇ ਜਿਹੜੇ ਆਪਸੀ ਕਿਸੇ ਗੱਲ ਦੇ ਉੱਤੇ ਜਿਹੜਾ ਆ ਇਹਨਾਂ ਦੇ ਵਿੱਚ ਜਿਹੜਾ ਇੱਕ ਰੋਸ ਕਿਸੇ ਗੱਲ ਨੂੰ ਲੈ ਕੇ ਹੋ ਗਿਆ ਆ, ਕਿਉਂਕਿ ਗੱਡੀ ਦੇ ਵਿੱਚ ਹੁਣੇ ਆਪਾਂ ਗੱਲਬਾਤ ਕਰਦੇ ਪਏ ਸੀ ਕਿਸਾਨ ਵੀਰਾਂ ਦੇ ਨਾਲ, ਪਰ ਪਿੱਛੇ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਹ ਆਪਸ ਦੇ ਵਿੱਚ ਹੀ
ਕਿਉਂ ਉਲਝ ਗਈਆਂ ਨੇ, ਕੀ ਕਾਰਨ ਹੋ ਗਿਆ ਉਲਝਣ ਦਾ। ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਨੇ ਉਹ ਜਾ ਰਹੀਆਂ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਵੱਖ ਵੱਖ ਜਗ੍ਹਾ ਤੋਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੋਂ ਆਏ? ਅਸੀਂ ਜੀ ਇੱਥੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂ, ਨਸ਼ਹਿਰਾ ਜ਼ੋਨ ਤੋਂ। ਅਸੀਂ BKU ਕਾਦੀਆਂ ਵੱਲੋਂ ਇੱਥੇ ਇਸ ਧਰਨੇ ਵਿੱਚ ਸ਼ਾਮਿਲ ਹੋ ਰਹੇ ਹਾਂ। ਮੋਦੀ ਸਾਹਿਬ ਨੇ ਜਿਹੜੇ ਸਾਡੇ ਨਾਲ ਪਿਛਲੇ ਸਮਿਆਂ ਦੌਰਾਨ ਵਾਅਦੇ ਕੀਤੇ ਸੀ, ਉਹਨਾਂ ਨੇ ਨਾ ਕੰਪਲੀਟ ਕਾਰਨ ਇਹ ਸਾਨੂੰ ਦੁਬਾਰਾ ਸਾਰਾ ਇਹ ਜਿਹੜਾ ਤਾਣਾ ਬਾਣਾ ਬੁਣਨਾ ਪਿਆ ਵਾ। ਅਸੀਂ BJP ਦਾ ਤਹਿ ਦਿਲੋਂ ਜਿਹੜਾ ਵਾ ਉਹ ਵਿਰੋਧ ਕਰਦੇ ਹਾਂ ਔਰ ਕਰਦੇ ਰਹਾਂਗੇ ਜਿੰਨੀ ਦੇਰ ਤੱਕ ਇਹਨਾਂ ਨੇ ਆਪਣਾ ਸਾਰਾ ਕੰਮ, ਆਪਣੇ ਜਿੰਨੇ ਕੀਤੇ ਵਾਅਦੇ ਪੂਰੇ ਨਾ ਕੀਤੇ। ਇਹ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗਾ। ਆਹ ਤੁਸੀਂ ਦੇਖ ਰਹੇ ਹੋ ਕਾਫਲਾ ਕਿੰਨਾ ਲੰਬਾ ਕਾਫਲਾ ਚੱਲ ਰਿਹਾ ਵਾ। ਇਹ ਕਾਫਲਾ ਸਿਰਫ ਮੋਦੀ ਵਾਸਤੇ ਆ, ਇਹ ਕਿਤੇ ਇਹ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਗੀ, ਇਹ ਲੋਕਾਂ ਦੇ ਅੰਦਰ ਅੰਡਰਕਰੰਟ ਆ। ਕਿਉਂਕਿ ਅਸੀਂ ਜਿੰਨਾ ਵੀ ਸਮਾਂ ਇਹ ਇਹਨਾਂ ਦਾ ਜਿਹੜਾ ਜ਼ੁਲਮ ਕਰਨ ਦਾ ਤਰੀਕਾ ਵਾ ਉਹ ਵੱਖਰਾ ਵਾ, ਸਾਡਾ ਜ਼ੁਲਮ ਸਹਿਣ ਦਾ ਤਰੀਕਾ ਵੱਖਰਾ ਵਾ। ਅਸੀਂ ਇੱਥੋਂ ਤੱਕ ਪਹੁੰਚਣ ਵਾਸਤੇ 10 ਕਿਲੋਮੀਟਰ ਪਹੁੰਚਣ ਵਾਸਤੇ 15 ਨਾਕੇ ਪਾਰ ਕਰਕੇ ਆਏ ਹਾਂ। ਇਸ ਰਾਜ ਅਤੇ ਅੰਗਰੇਜ਼ ਰਾਜ ਦੇ ਵਿੱਚ ਕੋਈ ਫਰਕ ਨਹੀਂ ਆ। ਅੱਜ ਵੀ ਅਸੀਂ ਇੰਝ ਮਹਿਸੂਸ ਕਰ ਰਹੇ ਹਾਂ ਕਿ ਜਿਵੇਂ ਅਸੀਂ ਅੰਗਰੇਜ਼ ਰਾਜ ਦੇ ਅੰਦਰ ਰਹਿ ਰਹੇ ਹੋਈਏ। ਕਿਉਂਕਿ ਜਿਹੜੇ ਚਿੱਟੇ ਅੰਗਰੇਜ਼ ਚਲੇ ਗਏ ਅਤੇ ਕਾਲੇ ਅੰਗਰੇਜ਼ ਜਿਹੜੇ ਆ ਇਸ ਭੇਖ ਦੇ ਵਿੱਚ ਆ ਗਏ। ਕਿਉਂਕਿ ਜਦੋਂ ਤੋਂ ਹੀ ਪੰਜਾਬ ਦੇ ਜਿਹੜਾ ਕਿਸਾਨ ਆਪਣਾ ਹੱਕ ਮੰਗਦਾ ਇਸੇ ਤਰ੍ਹਾਂ ਹੀ ਸਾਨੂੰ ਛਿੱਤਰ ਪੈਂਦੇ ਆ, ਪਰ ਸਾਡੀ ਇਹਨਾਂ ਦੀ ਚਮੜੀ ਬੜੀ ਮੋਟੀ ਆ ਅਤੇ ਸਾਡਾ ਜਿਹੜਾ ਹੌਂਸਲਾ ਬੜਾ ਤਕੜਾ ਵਾ। ਇਹ ਆਪਣਾ ਜ਼ੁਲਮ ਕਰੀ ਜਾਣ, ਅਸੀਂ ਜ਼ੁਲਮ ਸਹਿੰਦੇ ਜਾਣਾ। ਇਹ ਅੱਜ ਅਸੀਂ ਜ਼ੁਲਮ ਨਹੀਂ ਸਹਿਣਾ ਸ਼ੁਰੂ ਕੀਤਾ, ਜ਼ੁਲਮ ਅਸੀਂ ਜਿਹੜਾ ਪੀੜ੍ਹੀਆਂ ਤੋਂ ਸਹਿੰਦੇ ਆਏ ਹਾਂ। ਹਰ ਵਾਰ ਜ਼ੁਲਮ ਸਹਿੰਦਿਆਂ ਇੱਥੋਂ ਤੱਕ ਅਸੀਂ ਪਹੁੰਚ ਗਏ ਹਾਂ। ਇਹਨਾਂ ਨੇ ਆਪਣਾ ਜ਼ੁਲਮ ਕਰੀ ਜਾਣ, ਅਸੀਂ ਸਹੀ ਜਾਣਾ। ਪਰ ਇੱਕੋ ਚੀਜ਼ ਖਾਸ ਅੱਜ ਮੈਂ ਤੁਹਾਨੂੰ ਇੱਥੇ ਬੇਨਤੀ ਕਰਦਾ ਵਾਂ ਮੋਦੀ ਨੂੰ, ਇੱਕ ਗੱਲ ਮੈਂ ਕਹਿੰਦਾ, ਮੋਦੀ ਤੂੰ ਜ਼ੋਰ ਲਾ ਲਾ। ਇੱਥੇ ਇੰਦਰਾ ਗਾਂਧੀ ਨਹੀਂ ਰਹੀ, ਇੱਥੇ ਨਾਦਰ ਸ਼ਾਹ ਅਬਦਾਲੀ ਕੋਈ ਨਹੀਂ ਰਿਹਾ ਅਤੇ ਰਹਿਣਾ ਤੂੰ ਵੀ ਨਹੀਂ ਆ। ਧੰਨਵਾਦ ਵੀਰ ਜੀ ਤੁਹਾਡਾ, ਤੁਸੀਂ ਮੀਡੀਆ ਨੇ ਸਾਨੂੰ ਇਸ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲਿਆ, ਸ਼ੁਕਰੀਆ ਜੀ। ਅੱਜ ਬਹੁਤ ਜ਼ਿਆਦਾ ਸਿਕਿਉਰਿਟੀ ਜਿਹੜੀ ਹੈ ਵੱਖ ਵੱਖ ਨਾਕਿਆਂ ਦੇ ਉੱਤੇ ਟੈਡ ਕੀਤੀ ਗਈ ਹੈ, ਉੱਥੋਂ ਕਿਸ ਤਰ੍ਹਾਂ ਜਿਹੜਾ ਆ ਆਪਣੇ ਆਪ ਨੂੰ ਘਰ? ਸ਼੍ਰੀਮਾਨ ਜੀ, ਅਸੀਂ ਜਿੰਨੇ ਵੀ ਨਾਕੇ ਆ ਸਾਰੇ ਨਾਕੇ ਕ੍ਰਾਸ ਕਰਕੇ ਜਾਵਾਂਗੇ, ਕਿਉਂਕਿ ਸਾਨੂੰ ਇਹ ਨਾਕੇ ਦਿੱਲੀ ਦੇ 13 ਮਹੀਨਿਆਂ ਤੋਂ ਵੱਡੇ ਨਹੀਂ ਗੇ। ਕਿਉਂਕਿ ਇੱਥੇ ਸਾਡੀ ਪੰਜਾਬ ਪੁਲਿਸ ਆ, ਉੱਥੇ ਸਾਰਾ ਇਹਨਾਂ ਨੇ ਜ਼ੋਰ ਲਾ ਕੇ ਵੇਖ ਲਿਆ, ਇਹਨਾਂ ਦੇ ਸ਼ੁਭ ਕਰਨ ਵਰਗੇ ਸਾਡੇ ਸ਼ਹੀਦ ਜਿਹੜੇ ਕਰ ਦਿੱਤੇ ਆ, ਅਸੀਂ ਰੁਕਣ ਵਾਲੇ ਨਹੀਂ ਆ। ਇਹ ਆਪਣਾ ਕੰਮ ਕਰੀ ਜਾਵੇ, ਅਸੀਂ ਆਪਣਾ ਕੰਮ ਜਿਹੜਾ 1 ਤਰੀਕ ਨੂੰ ਬਾਖੂਬੀ ਕਰਾਂਗੇ, ਠੋਕ ਕੇ ਕਰਾਂਗੇ। ਦਾਅਵੇ ਨਾਲ ਕਹਿੰਦੇ ਨੇ 13 ਦੇ 13 ਹਰਾਵਾਂਗੇ, ਜੇ ਨਾ ਹਰਾਵਾਂਗੇ ਤਾਂ ਅਸੀਂ ਕਿਸਾਨ ਨਹੀਂ ਹੋਵਾਂਗੇ। ਜਿਹੜਾ ਕਿਸਾਨ ਇਹਨੂੰ ਵੋਟ ਪਾਊਗਾ ਉਹ ਆਪਣੇ ਪਿਓ ਦਾ ਪੁੱਤ ਹੀ ਨਹੀਂ ਆ। ਮੈਂ ਖਰੀ ਇਹ ਗੱਲ ਕਹਿੰਦਾ ਹੈਗਾ, ਜਿਹੜਾ ਕਿਸਾਨ ਇਹਨਾਂ ਦੇ ਨਾਲ ਪੱਗ ਬੰਨ੍ਹ ਕੇ ਪੈਂਦਾ ਉਹ ਵੀ ਕਿਸਾਨ ਨਹੀਂ ਹੈਗਾ, ਉਹ ਇੱਕ ਕਾਰਪੋਰੇਟ ਸਾ। ਇਹ ਸਿਰਫ ਅਡਾਨੀਆਂ ਅਬਾਨੀਆਂ ਦੀ ਸਰਕਾਰ ਆ, ਹੋਰ ਕਿਸੇ ਦੀ ਸਰਕਾਰ ਨਹੀਂ ਹੈਗੀ। ਲੋਕ ਤਾਂ ਵਹਿਮ ਐਵੇਂ ਵੋਟਾਂ ਪਾਉਣ ਡਏ ਆ, ਇਹਨਾਂ ਦਾ ਬਾਕੀ ਕੁਛ ਨਹੀਂ ਕੀਤਾ ਜਾ ਸਕਦਾ। ਹੋਰ ਸਰ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ। ਸਰ ਜਿਵੇਂ ਕਿ ਹੁਣ ਦੀਨਾਨਗਰ ਪਹੁੰਚਣਾ ਹੈ ਤੇ ਆਪਣੇ ਨਾਲ ਫਿਲਹਾਲ ਕਿੰਨੀਆਂ ਕੁ ਜਥੇਬੰਦੀਆਂ ਜਾ ਰਹੀਆਂ? ਇਹ ਜਥੇਬੰਦੀਆਂ ਸਰ ਪੂਰੇ ਸੰਯੁਕਤ ਕਿਸਾਨ ਮੋਰਚਾ, ਪੰਧੇਰ ਗਰੁੱਪ, ਸਾਰਾ ਇਹ ਟੋਟਲ ਗਰੁੱਪ ਜਥੇਬੰਦੀਆਂ ਜਾ ਰਹੀਆਂ। ਕੋਈ ਜਥੇਬੰਦੀ ਐਸੀ ਨਹੀਂ ਜਿਹੜੀ ਇਸ ਇਹਦੇ ਘਰਾਉ ਤੋਂ ਬਾਹਰ ਹੋਵੇ, ਫੁੱਲ ਜਥੇਬੰਦੀਆਂ ਜਾ ਰਹੀਆਂ ਵਾ। BKU ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਪੂਰੇ ਜ਼ੋਰ ਸ਼ੋਰ ਨਾਲ ਸਠਿਆਲੀ ਸਾਈਡ ਤੋਂ ਵੀ ਆ ਰਿਹਾ ਅਤੇ ਇੱਧਰੋਂ ਸਾਰਾ ਸ਼ਾਮਿਲ ਹੋ ਕੇ ਅੱਗੇ ਨਿਕਲ ਚੁੱਕਾ ਹੈ। ਮਨ ਤੋਂ ਮੁੱਖ ਮਰੋਦੀ ਮੋਦੀ ਹਰਾਉਣਾ, ਸਾਡਾ ਮੁੱਖ ਮੰਤਵ ਮੋਦੀ ਹਰਾਉਣਾ, ਤਾਂ ਕਿ ਇਹਨੂੰ ਪਤਾ ਲੱਗੇ ਕਿ ਮੈਂ ਜਿਹੜੇ ਵਾਅਦੇ ਕਰਕੇ, ਮੈਂ ਇੱਕ ਸ਼ਬਦ ਨਹੀਂ ਕਹਿਣਾ ਚਾਹਾਂਗਾ, ਹਰ ਬੰਦੇ ਦੀ ਜ਼ੁਬਾਨ ਹੁੰਦੀ, ਇਹਦੀ ਕੋਈ ਜ਼ੁਬਾਨ ਵੀ ਨਹੀਂ ਹੈਗੀ। ਆਪਣੇ ਆਪ ਨੂੰ ਕਹਿੰਦਾ ਮੋਦੀ ਕੀ ਗਰੰਟੀ, ਮੋਦੀ ਕੀ ਗਰੰਟੀ ਕੀ ਹੁੰਦੀ ਆ? ਮੋਦੀ ਤਾਂ ਚੋਰ ਆ, ਇੱਕ ਨੰਬਰ ਦਾ ਚੋਰ ਆ।
ਤੇ ਦੋਸਤੋ ਹੁਣੇ ਹੁਣੇ ਤੁਸੀਂ ਜਿਹੜੀਆਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇਖੀਆਂ ਨੇ ਸਿੱਧ ਭੋਲੀ ਗੁਰਦੁਆਰਾ ਸਾਹਿਬ ਤੋਂ ਦੇਖੀਆਂ ਨੇ, ਜਿੱਥੇ ਕਿ ਕਿਸਾਨ ਜਥੇਬੰਦੀਆਂ ਨੇ ਪੂਰੀ ਤਰ੍ਹਾਂ ਜਿਹੜਾ ਆ ਤਿਆਰੀ ਕਰਕੇ ਜਿਹੜਾ ਦੀਨਾਨਗਰ ਨੂੰ ਰਵਾਨਾ ਹੋ ਗਏ ਨੇ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀਆਂ ਤਸਵੀਰਾਂ ਕਿਵੇਂ ਲੱਗੀਆਂ। ਮੋਦੀ ਹਾਰੇਗਾ ਜਿੱਤੇਗਾ, ਇਹਦੇ 'ਤੇ ਵੀ ਕਮੈਂਟ ਜ਼ਰੂਰ ਕਰਿਓ। ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਰਿਸਪੋਂਸ ਆ ਉਹਦੇ ਉੱਤੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇੱਕ ਪਾਸੇ ਕਿਸਾਨ ਅਤੇ ਇੱਕ ਪਾਸੇ ਬੀਜੇਪੀ ਪਾਰਟੀ ਨਰਿੰਦਰ ਮੋਦੀ, ਕੌਣ ਹਾਰੇਗਾ ਕੌਣ ਜਿੱਤੇਗਾ, ਇਸ ਦੇ ਉੱਤੇ ਜਿਹੜੀ ਹੈ ਟਿੱਪਣੀ ਜ਼ਰੂਰ ਬਣਦੀ ਹੈ, ਕਮੈਂਟ ਜ਼ਰੂਰ ਬਣਦਾ। ਤਾਂ ਆਪਣਾ ਕਮੈਂਟ ਜ਼ਰੂਰ ਛੱਡਿਓ, ਵੱਖ ਵੱਖ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਚੈਨਲ 'ਤੇ ਹੋਰ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾਓ। ਧੰਨਵਾਦ, ਮਿਲਦੇ ਕਿਸੇ ਅਗਲੀ ਖਬਰ ਦੇ ਵਿੱਚ।